ਮਾਛੀਵਾੜਾ ਸਾਹਿਬ ਦੇ ਅਧੀਨ ਪੈਂਦੇ ਪਿੰਡ ਗੜੀ ਤਰਖਾਣਾ ਵਿਖੇ ਇੱਕ ਕਿਸਾਨ ਕੁਲਦੀਪ ਸਿੰਘ ਦੇ ਖੇਤ ਦੇ ਵਿੱਚ ਤਕਰੀਬਨ 25-30 ਸਾਲ ਪਹਿਲਾਂ ਉਹਨਾਂ ਦੇ ਵੱਲੋਂ ਹੀ ਦਰਖਤ ਲਗਾਏ ਗਏ ਸਨ, ਜਿਸ ਤੋਂ ਬਾਅਦ ਹੁਣ ਕੁਝ ਸਮਾਂ ਪਹਿਲਾਂ ਹੀ ਕੁਲਦੀਪ ਸਿੰਘ ਦੇ ਵੱਲੋਂ ਉਹ ਦਰਖਤ ਪੁੱਟਣ ਦੀ ਕੋਸ਼ਿਸ਼ ਕੀਤੀ ਗਈ, ਪਰ ਦੂਜੇ ਪਾਸਿਓਂ ਪੁਲਿਸ ਅਤੇ ਪ੍ਰਸ਼ਾਸਨ ਨੇ ਉਸ ਨੂੰ ਰੋਕ ਦਿੱਤਾ। ਜ਼ਿਕਰਯੋਗ ਹੈ ਕਿ ਕਿਸਾਨ ਕੁਲਦੀਪ ਸਿੰਘ BKU ਦੇ ਬਲਾਕ ਪ੍ਰਧਾਨ ਨੇ ਅਤੇ ਆਪਣੇ ਨਾਲ ਹੋ ਰਹੀ ਧੱਕੇਸ਼ਾਹੀ ਦੇ ਵਿਰੋਧ ਦੇ ਵਿੱਚ BKU ਜਥੇਬੰਦੀ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਨਾਲ ਮਿਲ ਕੇ ਬਲਾਕ ਪ੍ਰਧਾਨ ਕੁਲਦੀਪ ਸਿੰਘ ਦੇ ਵੱਲੋਂ BDPO ਦਫ਼ਤਰ ਦੇ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਜ਼ਮੀਨ ਦੀ ਕੱਚੀ ਮਿਣਤੀ ਹੋਈ ਸੀ, ਜਿਸ ਤੋਂ ਬਾਅਦ ਅਸੀਂ ਇਸ ਗੱਲ ਤੇ ਸਹਿਮਤੀ ਜਿਤਾਈ ਸੀ ਕਿ ਅਸੀਂ ਆਪਣੇ ਦਰਖਤ ਪੁੱਟ ਲੈਂਦੇ ਹਾਂ ਤੇ ਜ਼ਮੀਨ ਜੇਕਰ ਪੰਚਾਇਤ ਦੇ ਹੱਕ ਵਿੱਚ ਆਉਂਦੀ ਹੈ ਤਾਂ ਅਸੀਂ ਜ਼ਮੀਨ ਛੱਡਣ ਲਈ ਵੀ ਤਿਆਰ ਹਾਂ, ਪਰ ਦੂਜੇ ਪਾਸੇ ਪ੍ਰਸ਼ਾਸਨ ਨੇ ਸਾਨੂੰ ਦਰਖਤ ਪੱਟਣ ਤੋਂ ਹੀ ਮਨਾ ਕਰ ਦਿੱਤਾ, ਜਿਸ ਦੇ ਰੋਸ ਵਜੋਂ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਨਾਮ ਜਗਰਾਜ ਸਿੰਘ ਹੈ ਜੀ, ਪੰਚਾਇਤ ਮੈਂਬਰ ਹਾਂ ਮੈਂ, ਪਹਿਲਾਂ ਵੀ ਪੰਚਾਇਤ ਮੈਂਬਰ ਸੀਗਾ ਜੀ, ਗੜੀ ਤਰਖਾਣਾ ਦਾ ਜੀ। ਮਾਮਲਾ ਹੈਗਾ ਜੀ, ਰਸਤੇ ਦਾ ਰੌਲਾ ਸੀਗਾ ਕੋਈ, ਜਾਣੀ ਉਹ ਮਿਣਤੀ ਪਹਿਲਾਂ ਤੋਂ ਕਦੇ ਹੋਈ ਹੋ ਨਹੀਂ ਗੀ, ਅਤੇ ਉਸ ਸਾਲ ਪਹਿਲਾਂ ਜਾਂ ਪਹਿਲਾਂ ਮੈਂਬਰ ਸੀ ਜਦ ਮਿਣਤੀ ਹੋਈ ਸਾਡੇ ਵੇਲੇ, ਉਹ ਮਿਣਤੀ ਹੋਈ ਤੀ ਕੱਚੀ ਕੱਚੀ ਮਿਣਤੀ ਕਰਕੇ ਕਹਿੰਦਾ, ਜਦੋਂ ਮਿਣਤੀ ਹੋਈ ਆ ਕਹਿੰਦਾ ਉਹ 2.5 ਕਰਮਾ ਮਿਣਤੀ ਜ਼ਿਲ੍ਹਾ ਮਜਲਿਸ ਸੈਨ ਨੂੰ ਟੱਪਦੀ ਸੀਗੀ, ਅਤੇ ਉਹ ਦੂਈ ਪਾਰਟੀਆਂ ਨੇ ਜਵਾਬ ਦੇ ਦਿੱਤਾ ਵੀ ਅਸੀਂ ਸੈਨ ਨਹੀਂ ਕਹਿੰਦੇ, ਮਿਣਤੀ ਸਹੀ ਨਹੀਂ ਗੀ। ਉਦੋਂ ਬਾਅਦ ਦੇ ਵਿੱਚ ਜਿਹੜੀ ਆਹ ਪੰਚਾਇਤ ਆ ਹੁਣ, ਕੋਈ ਮਿਣਤੀ ਨਹੀਂ ਹੋਈ, ਪਹਿਲਾਂ ਮਿਣਤੀ ਆਏ ਸੀ ਉਦਣ ਵੱਟ ਪਾਉਣ ਨੂੰ, ਇਹ ਪਾਰਟੀ ਤਿਆਰ ਸੀਗੀ ਵੀ ਅਸੀਂ ਵੱਟ ਪਾਉਂਦੇ ਹਾਂ, ਅਤੇ ਤਹਿਸੀਲਦਾਰ ਕਹਿੰਦਾ ਵੀ ਜਦ ਕੋਈ ਠੱਡਾ ਨਹੀਂ ਗਾ ਉਹ ਨਹੀਂ ਬੁਰਜੀ ਨਹੀਂ ਹੈਗੀ ਵੀ ਅਸੀਂ ਇੱਕਣ ਵੱਟ ਨਹੀਂ ਪਾ ਸਕਦੇ। ਹੁਣ ਇਹ 17 ਤਰੀਕ ਨੂੰ ਹਜੇ ਮਿਣਤੀ ਹੋਣੀ ਆ ਜੀ, ਹਜੇ ਕੁਛ ਨਹੀਂ ਪਤਾ ਵੀ ਉਹ ਦਰਖਤ ਕਿੱਧਰ ਹਨ, ਇਹ ਦਰਖਤ ਪੱਟਣ ਲੱਗੇ ਸੀ ਅੱਜ ਇਹਨਾਂ ਨੇ ਰੋਕਤਾ ਜੀ। ਕਿੰਨਾਂ ਦੀ ਜਗ੍ਹਾ ਜਾਏ ਦਰਖਤ? ਇਹ ਕੁਲਦੀਪ ਸਿੰਘ ਆ ਜੀ, ਕੁਲਦੀਪ ਸਿੰਘ ਕਿਸਾਨ ਯੂਨੀਅਨ ਦਾ ਪ੍ਰਧਾਨ ਵੀ ਆ ਜੀ, ਮੀਤ ਪ੍ਰਧਾਨ। ਹਾਂਜੀ ਹਾਂਜੀ, ਕੀ ਕਹਿ ਰਹੇ ਵੀਡੀਓ ਦਫ਼ਤਰ ਵਾਲੇ? ਕੀ ਕਹਿ ਰਹੇ ਸੀ ਵੀਡੀਓ ਦਫ਼ਤਰ ਦਾ? ਕਹਿੰਦੇ ਵੀ ਕੋਈ ਨਹੀਂ ਤੁਹਾਡੀ ਜਗ੍ਹਾ ਅਸੀਂ ਪਟਾ ਦਾਂਗੇ ਜੀ, ਅਤੇ ਅੱਜ ਜਦ ਪੱਟਣ ਲੱਗੇ ਨੇ ਹੁਣ ਇਹਨਾਂ ਨੇ ਪੰਚਾਇਤ ਵਾਲਿਆਂ ਨੇ ਵੀ ਫੋਨ ਕਰਤੇ ਵੀ ਰੁਕ ਜਾਓ, ਅਤੇ ਉੱਥੇ ਪੁਲਿਸ ਵੀ ਗਈ ਆ ਜੀ, ਪੁਲਿਸ ਵਾਲਿਆਂ ਨੇ ਵੀ ਰੋਕਿਆ, ਅਤੇ ਕਹਿੰਦੇ ਰੋਕੇ ਕਹਿੰਦੇ ਥਾਣੇ 'ਚ ਆ ਜਾਓ ਜੀ, ਹਜੇ ਹੁਣ ਸਾਡਾ ਜਾਣੀ ਕੋਈ ਮਸਲਾ ਹੱਲ ਹੋਇਆ ਨਹੀਂਗਾ, ਤਾਂ ਕਰਕੇ ਸਾਨੂੰ ਧਰਨਾ ਲਾਉਣਾ ਪਿਆ ਜੀ। ਪ੍ਰਧਾਨ ਜੀ ਧਰਨਾ ਲਾਇਆ, ਕੀ ਮਾਮਲਾ ਜੀ? ਦੇਖੋ ਜੀ, ਇਹ ਜੋ ਮਾਮਲਾ ਸਾਡੇ ਪਿੰਡ ਗੜੀ ਤਰਖਾਣਾ ਦਾ ਕਿਸਾਨ ਦਾ ਵਾ ਕੁਲਦੀਪ ਸਿੰਘ ਦਾ, ਉਹ ਸਾਡੀ ਜਥੇਬੰਦੀ ਦੇ ਮੈਂਬਰ ਵੀ ਨੇ, ਬਲਾਕ ਸਰਕਲ ਦੇ ਪ੍ਰਧਾਨ ਵੀ ਨੇ ਮਛੋੜੇ ਦੇ। ਉਹਨਾਂ ਨੇ ਅੱਜ ਤੋਂ 25-30 ਸਾਲ ਪਹਿਲਾਂ ਦਰਖਤ ਲਾਏ ਹੋਏ ਸੀਗੇ, ਅਤੇ ਹੁਣ ਉੱਥੇ ਦੀ ਇੱਕ ਕੱਚਾ ਰਸਤਾ ਲੰਘਦਾ ਵਾ ਦੂਸਰੇ ਪਿੰਡ ਨੂੰ, ਅਤੇ ਉਹ ਆਪਣਾ ਹੁਣ ਇਹ ਕਹਿੰਦੇ ਸੀ ਵੀ ਨਿਸ਼ਾਨਦੇਹੀ ਦੇ ਵਿੱਚ ਨਾ ਆ ਜਾਣ ਮੰਨ ਲਓ ਦਰਖਤ, ਇਹ ਅਤੇ ਇੱਕ ਸ਼ੌਰਾ ਕਰਦੇ ਸੀ ਵੀ ਅਸੀਂ ਇਹਨਾਂ ਨੂੰ ਪੱਟ ਲਈਏ। ਇਸ ਸੰਬੰਧੀ ਇਹਨਾਂ ਨੇ ਸਾਰੇ ਜਾਣੀ ਕਿ ਸੰਬੰਧਿਤ ਵਿਭਾਗ ਨੂੰ ਵੀ ਮਿਲੇ ਨੇ ਬਈ ਅਸੀਂ ਆਪਣੇ ਦਰਖਤ ਪੱਟ ਲੈਂਦੇ ਹਾਂ ਵੀ ਜਿੱਥੇ ਰਸਤਾ ਆਊਗਾ ਮਿਣਤੀ ਅਸੀਂ ਛੱਡਣ ਨੂੰ ਤਿਆਰ ਹਾਂ, ਪਰ ਕਿਸੇ ਉਹ ਤੋਂ ਉਲਟ ਅੱਜ ਇਹਨਾਂ 'ਤੇ ਦਰਖਾਸਤ ਦੇ ਦਿੱਤੀ ਥਾਣੇ ਦੇ ਵਿੱਚ ਵੀ ਇਹ ਇਹਨਾਂ ਦੇ ਦਰਖਤ ਨਹੀਂ ਹੈਗੇ, ਇਹ ਸਰਕਾਰ ਦੇ ਨੇ, ਜਦ ਕਿ 25-30 ਸਾਲ ਪਹਿਲਾਂ ਇਹਨਾਂ ਨੇ ਲਾਏ ਨੇ, ਇਹਨਾਂ ਦੇ ਖੇਤ 'ਚ ਨੇ। ਮਿਣਤੀਆਂ ਨੇ ਜਿਹੜੀਆਂ ਹੁੰਦੀਆਂ ਨੇ ਕੋਈ ਵੀ ਆ ਇੱਧਰ ਉੱਧਰ ਹੋ ਜਾਂਦੀਆਂ ਨੇ, ਜੇ ਆਪਾਂ ਅੱਜ ਜਿਵੇਂ ਜਿੰਨੇ ਵੀ ਰਸਤੇ ਨੇ ਉਹ ਕਈ ਸਾਮਲਾਟ ਦੇ ਵਿੱਚ ਵੀ ਨੇ, ਉਦੋਂ ਬਾਹਰ ਵੀ ਨੇ, ਪਰ ਇਹ ਜਦ ਇੱਥੇ ਆ ਕੇ ਦੇਖਿਆ ਸੀ ਵੀ ਇਹਦੇ ਨਾਲ ਕਿਸਾਨ ਦੇ ਨਾਲ ਧੱਕਾ ਹੋ ਰਿਹਾ, ਸਾਨੂੰ ਮਜਬੂਰੀ ਬਸ ਅੱਜ ਇੱਥੇ ਬੈਠਣਾ ਪੈ ਗਿਆ। ਕਿੰਨੇ ਸਮੇਂ ਤੱਕ ਧਰਨਾ ਲੱਗੂਗਾ ਜੀ? ਤੇ ਕੋਈ ਸਮਾਂ ਕਹਿ ਨਹੀਂ ਸਕਦੇ, ਜਦ ਤੱਕ ਸਾਡੀ ਸਮੱਸਿਆ ਹੱਲ ਨਹੀਂ ਹੁੰਦੀ ਅਸੀਂ ਬੈਠੇ ਹਾਂ। ਬਾਈ ਜੀ ਕੀ ਨਾਮ ਤੁਹਾਡਾ, ਕਿਹੜਾ ਪਿੰਡ ਆ, ਕੀ ਮਾਮਲਾ? ਮੇਰਾ ਨਾਮ ਕੁਲਦੀਪ ਸਿੰਘ ਆ ਜੀ, ਬਲਾਕ ਪ੍ਰਧਾਨ ਮਾਛੀਵਾੜਾ BKU ਪਾਦੀਆਂ, ਪਿੰਡ ਗੜੀ ਤਰਖਾਣਾ ਜੀ। ਕੀ ਮਾਮਲਾ ਜੀ? ਮਾਮਲਾ ਜੀ ਸਾਡੇ
ਖੇਤਾਂ ਦੇ ਵਿੱਚ ਸਵੇਦੇ ਰਸਤੇ ਦੇ ਨਾਲ ਨਾਲ ਸਵੇਦੇ ਲਾਏ ਹੋਏ ਸੀਗੇ ਜੀ। 25 ਸਾਲ ਦੀ ਗੱਲ ਆ, 22-25 ਸਾਲ ਦੇ ਲਾਏ ਸੀਗੇ ਜੀ ਬੂਟੇ ਜੀ। ਹੁਣ ਪੰਚਾਇਤ ਵੱਲੋਂ ਉਹਦੀ ਮਿਣਤੀ ਪਿੱਛੇ ਕੱਚੀ ਕਰਾਈ ਗਈ ਸੀਗੀ ਜੀ। ਉਹ ਕਹਿੰਦੇ ਵਿੱਚ ਆਉਂਦੇ ਨੇ, ਅਸੀਂ ਤਾਂ ਆਪਣੇ ਬੂਟੇ ਪੱਟਣ ਲੱਗੇ ਸੀਗੇ ਜੀ, ਸਾਨੂੰ ਪ੍ਰਸ਼ਾਸਨ ਨੇ ਅਤੇ ਪੰਚਾਇਤ ਨੇ ਰਲ ਕੇ ਰੋਕਤਾ। ਜੋ ਕਿ ਅਸੀਂ ਤਾਂ ਇਹਨਾਂ ਨੂੰ ਕਿਹਾ ਸੀਗਾ ਵੀ ਸਾਨੂੰ ਬੂਟੇ ਆਪਣੇ ਪੱਟ ਲੈਣ ਦਿਓ, ਜੋ ਵੀ ਜਿੱਥੇ ਮਿਣਤੀ ਆਊਗੀ ਅਸੀਂ ਛੱਡਣ ਨੂੰ ਤਿਆਰ ਹਾਂ। ਬੂਟੇ ਜਗ੍ਹਾ ਲਾਏ ਦੀ ਜਾਂ ਤਾਂ ਆਪਣੇ ਖੇਤ 'ਚ ਲਾਏ ਸੀ, ਰਸਤੇ ਦੇ ਨਾਲ ਖੇਤਾਂ 'ਚ ਲਾਏ। ਪ੍ਰਸ਼ਾਸਨ ਵੱਲੋਂ ਅਸੀਂ ਗੱਲ ਦੱਸੀ ਸੀਗੀ ਐਸ ਡੀ ਐਮ ਸਾਹਿਬ ਨੂੰ ਵੀ, ਉਹ ਕਹਿੰਦਾ ਚਲੋ ਨਿਬੜਦਾ ਬੜਾ ਬੂਟੇ ਆਪਣੇ ਤੁਸੀਂ ਪੱਟ ਦਿਓ ਵੀ ਚੱਲ ਰਸਤਾ ਛੱਡ ਦਿਓ ਸੀਗਾ ਜੀ। ਠੀਕ ਆ, ਅੱਜ ਪੱਟਣ ਲੱਗੇ ਪੰਚਾਇਤ ਨੇ ਅਤੇ ਮੰਨ ਲਓ ਰੋਕਤਾ ਸਾਨੂੰ। ਕੀ ਮੰਗ ਆ ਤੁਹਾਡੀ? ਸਾਡੀ ਤਾਂ ਇਹੀ ਮੰਗ ਆ ਜੀ, ਜਿਹੜੇ ਬੂਟੇ ਅਸੀਂ ਲਾਏ ਨੇ ਸਾਡੇ ਪੱਟ ਹੋ ਜਾਣ। ਹਾਂਜੀ ਸਰ, ਕੀ ਨਾਮ ਜੀ ਤੁਹਾਡਾ? ਲਖਵਿੰਦਰ ਸਿੰਘ ਅਬਰਾ ਨੂੰ। ਕੀ ਹੋ ਜੀ ਤੁਸੀਂ ਬਿਲਡਿੰਗ ਦਾ? ਮੇਰੇ ਕੋਲ ਵਾਧੂ ਚਾਰਜ ਹੈ ਪੰਚਾਇਤ ਅਫਸਰ ਦਾ। ਕੀ ਮਾਮਲਾ ਜੀ? ਬਾਅਦ ਕਿਸਾਨ ਯੂਨੀਅਨ ਨੇ ਤੁਹਾਨੂੰ ਲਾਇਆ? ਨਹੀਂ ਨਹੀਂ ਸਰ, ਕੋਈ ਐਡੀ ਬੜੀ ਗੱਲ ਨਹੀਂ ਹੈਗੀ। ਇਹ ਸਵੇਰੇ ਬੀ ਡੀ ਸਾਹਿਬ ਦੇ ਟੈਲੀਫੋਨ ਸੰਦੇਸ਼ ਆਇਆ ਸੀ ਮੈਨੂੰ ਵੀ ਗੜੀ ਤਰਖਾਣਾ ਦਰਖਤ ਕੱਟੇ ਜਾ ਰਹੇ ਨੇ। ਗੜੀ ਤਰਖਾਣਾ ਤੋਂ ਜਿਹੜੇ ਦਰਖਤ ਵੱਢ ਰਿਹਾ ਸੀ, ਮੈਂ ਸਰਪੰਚ ਸਾਹਿਬ ਨੂੰ ਕਿਹਾ ਫੋਨ 'ਤੇ ਵੀ ਤੁਸੀਂ ਉਹਨੂੰ ਰੋਕੋ ਜਾ ਕੇ, ਜਿਹੜਾ ਦਰਖਤ ਵੱਢ ਰਿਹਾ। ਜਦੋਂ ਤੱਕ ਮਿਣਤੀ ਨਹੀਂ ਹੋਈ, ਕੀ ਪਤਾ ਵੀ ਪੰਚਾਇਤ ਦੇ ਨੇ ਕਿਹਦੇ ਨੇ ਉਹਦੇ ਨੇ। ਉਹ ਬੰਦੇ ਦੀ ਵੀ ਦਰਖਾਸਤ ਆਈ, ਉਹ ਕਹਿੰਦਾ ਵੀ ਚਲੋ। ਫਿਰ ਮੈਂ ਸਮਝਾਈ ਗੱਲ, ਮੈਂ ਵੀ ਇੱਦਾਂ ਆਏ ਨਹੀਂ ਕੰਮ ਚੱਲਦਾ ਹੁੰਦਾ। ਪਹਿਲਾਂ ਤਾਂ ਰਜਾਪੇ ਜੇ ਤੁਹਾਡਾ ਆਪਸ ਦੇ ਵਿੱਚ ਕੋਈ ਹੈ ਗੱਲਬਾਤ, ਮੈਂ ਕਹਿੰਦਾ ਮੈਡਮ ਇਹਨਾਂ ਦਾ ਚੱਲਦਾ ਨਿਸ਼ਾਨਦੇਹੀ ਦਾ ਚੱਕਰ। 17 ਤਰੀਕ ਨੂੰ ਇਹਨਾਂ ਦੀ ਮਿਣਤੀ ਹੋਣੀ ਆ, ਸਰਪੰਚ ਸਾਹਿਬ ਵੀ ਸਾਨੂੰ ਦਰਖਾਸਤ ਦੇ ਗਏ, ਅਸੀਂ ਸੈਕਟਰੀ ਸਾਹਿਬ ਨੂੰ ਕਹਿ ਕੇ ਰੋਕ ਲਵਾਤੀ ਆ ਦਰੱਖਤਾਂ 'ਤੇ ਵੀ ਭਾਅ ਜੀ ਇਹਨਾਂ ਨੂੰ ਕੱਟਿਓ ਨਾ, ਵੱਢਿਓ ਨਾ। ਜਦੋਂ ਕਿ ਸਾਨੂੰ ਪਤਾ ਲੱਗਿਆ ਵੀ 4 ਦਰੱਖਤ ਉਹਨਾਂ ਨੇ ਕੱਟ ਲਏ ਨੇ। 17 ਤਰੀਕ ਤੋਂ ਬਾਅਦ ਜੋ ਫੈਸਲਾ ਹੋਊਗਾ ਜਿਹਦਾ ਹੋਊਗਾ ਉਹ ਲੈ ਜਾਣਗੇ ਆਪਾਂ। ਸਰਪੰਚ ਜਾਣ ਸਕਦਾ ਜਾਂ ਉਹ ਜਾਣ ਸਕਦੇ, ਸਾਡੇ ਕੋਲ ਇਸ਼ੂ ਸੰਤ ਜੋ ਪਤਾ ਲੱਗੇ ਤੁਹਾਨੂੰ ਦੱਸਤਾ ਵੀ 17 ਤਰੀਕ ਤੱਕ ਰੋਕ ਲੱਗੀ ਹੋਈ ਆ, ਮਿਣਤੀ ਆ 17 ਨੂੰ ਕਹਿੰਦੇ ਨੇ। ਕੋਈ ਪੰਚਾਇਤ ਸਕੱਤਰ ਦੇ ਦੱਸਣ ਮੁਤਾਬਕ ਆ ਵੀ 17 ਤਰੀਕ ਤੱਕ ਇਹਨਾਂ ਦੀ ਰੋਕ ਹੈ। ਲਾਈਵ ਤੇਜ਼ ਚੈਨਲ ਦੇ ਲਈ ਜਸਵਿੰਦਰ ਸਿੰਘ ਜੱਸੀ ਦੀ ਵਿਸ਼ੇਸ਼ ਰਿਪੋਰਟ।